ਪੰਜਾਬੀਆਂ ਵੱਲੋਂ ਆਪਣੀ ਮਿਹਨਤ ਦੇ ਬਲਬੂਤੇ ਨਾਲ ਪੂਰੀ ਦੁਨੀਆ ਵਿੱਚ ਆਪਣਾ ਨਾਮ ਕਮਾਇਆ ਜਾ ਰਿਹਾ ਹੈ। ਹੁਣ ਇੱਕ ਹੋਰ ਪੰਜਾਬੀ ਨੇ ਵਿਦੇਸ਼ ਦੀ ਧਰਤੀ 'ਤੇ ਝੰਡੇ ਕੱਢੇ ਨੇ। ਹੁਣ ਜਲੰਧਰ ਦੇ ਰੁੜਕਾ ਕਲਾ ਨਾਲ ਸੰਬੰਧਿਤ ਸੰਦੀਪ ਸਿੰਘ ਸੰਧੂ ਨੂੰ ਕੈਲੀਫੋਰਨੀਆ ਦੇ ਵਿੱਚ ਸੁਪੀਰੀਅਰ ਜੱਜ ਵਜੋਂ ਨਿਯੁਕਤ ਕੀਤਾ ਗਿਆ ਹੈ। ਉਸ ਦੀ ਇਹ ਨਿਯੁਕਤੀ ਕੈਲੀਫੋਰਨੀਆ ਦੀ ਗਵਰਨਰ ਜੈਰੀ ਬਰਾਊਨ ਵੱਲੋਂ ਕੀਤੀ ਗਈ ਹੈ। ਇਸ ਖਬਰ ਤੋਂ ਬਾਅਦ ਸੰਦੀਪ ਸੰਧੂ ਦੇ ਪਿੰਡ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਇਸ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਪਿੰਡ ਦੇ ਸਾਬਕਾ ਸਰਪੰਚ ਨੇ ਕਿਹਾ ਕਿ ਸੰਦੀਪ ਸੰਧੂ ਨੇ ਪੂਰੇ ਪੰਜਾਬੀ ਭਾਈਚਾਰੇ ਦਾ ਨਾਮ ਵਿਸ਼ਵ ਭਰ ਵਿੱਚ ਉੱਚਾ ਕੀਤਾ ਹੈ, ਜਿਸ ਲਈ ਉਹਨਾਂ ਦਾ ਪਰਿਵਾਰ ਵਧਾਈ ਦਾ ਪਾਤਰ ਹੈ। ਅੱਜ ਸਾਨੂੰ ਰੁੜਕਾ ਕਲਾਂ ਨਿਵਾਸੀਆਂ ਨੂੰ ਬਹੁਤ ਹੀ ਮਾਣ ਵਾਲੀ ਗੱਲ ਹੈ, ਖੁਸ਼ੀ ਹੈ ਕਿ ਸਾਡੇ ਨਗਰ ਦਾ ਉਹ ਮਹਾਨ ਨੌਜਵਾਨ ਸੰਦੀਪ ਸਿੰਘ, ਸਪੁੱਤਰ ਸਰਦਾਰ ਜਸਵੀਰ ਸਿੰਘ, ਪੋਤਰਾ ਸਰਦਾਰ ਕੇਹਰ ਸਿੰਘ ਅਮੈਰੀਕਾ ਦੀ ਸਟੇਟ ਕੈਲੀਫੋਰਨੀਆ ਦੇ ਸੁਪੀਰੀਅਰ ਜੱਜ ਬਣੇ ਆ। ਪਿੰਡ ਦੇ ਵਿੱਚ ਬੜੀ ਖੁਸ਼ੀ ਦੀ ਲਹਿਰ ਆ। ਅੱਜ ਮਾਣ ਨਾਲ ਇਹ ਗੱਲ ਕਹਿ ਸਕਦੇ ਹਾਂ ਕਿ ਰੁੜਕਾ ਕਲਾਂ ਦੀ ਧਰਤੀ ਨੇ ਜਿੱਥੇ ਮਹਾਨ ਦੇਸ਼ ਭਗਤ ਪੈਦਾ ਕੀਤੇ ਆ, ਉੱਥੇ ਪੜ੍ਹਾਈ ਦੇ ਵਿੱਚ ਵੀ ਬਹੁਤ ਹੀ ਨੌਜਵਾਨਾਂ ਨੇ ਮੱਲਾਂ ਮਾਰੀਆਂ। ਤੋਂ ਪਹਿਲਾਂ ਸਾਡੇ ਪਿੰਡ ਦੀ ਲੜਕੀ ਜਿਹੜੀ ਸੁਪਰੀਮ ਕੋਰਟ ਦੀ ਵੀ ਜੱਜ ਬਣੀ ਅਮੈਰੀਕਾ ਦੇ ਵਿੱਚ, ਅੱਜ ਅਸੀਂ ਸਾਰੇ ਨਗਰ ਨਿਵਾਸੀ ਖੁਸ਼ੀ ਦੇ ਵਿੱਚ ਝੂਮ ਰਹੇ ਹਾਂ ਅਤੇ ਉਸ ਸਮੁੱਚੇ ਪਰਿਵਾਰ ਨੂੰ ਵਧਾਈਆਂ ਦਿੰਦੇ ਹਾਂ ਜਿਹੜਾ ਅਮੈਰੀਕਾ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਅੱਜ ਖੁਸ਼ੀ ਮਨਾ ਰਿਹਾ। ਅਸੀਂ ਵੀ ਸਾਰਾ ਨਗਰ ਉਹਨਾਂ ਦੀਆਂ ਖੁਸ਼ੀਆਂ ਦੇ ਵਿੱਚ ਸ਼ਾਮਲ ਹਾਂ। ਅੱਜ ਫਿਰ ਬਾਬਾ ਭਾਈ ਸਾਧੂ ਜੀ ਦੀ ਮਿਹਰ ਸਦਕਾ ਪਿੰਡ ਰੁੜਕਾ ਕਲਾਂ ਦੇ ਪਰਿਵਾਰ ਨਾਲ ਸੰਬੰਧਿਤ ਸੰਦੀਪ ਸਿੰਘ ਸੰਧੂ, ਸਪੁੱਤਰ ਸਰਦਾਰ ਜਸਵੀਰ ਸਿੰਘ ਸੰਧੂ, ਜੋ ਕਿ ਪਿਛਲੇ ਦਿਨੀ ਕੈਲੀਫੋਰਨੀਆ ਦੇ ਸੀਨੀਅਰ ਜੱਜ ਦੇ ਤੌਰ 'ਤੇ ਜਿਨ੍ਹਾਂ ਦੀ ਨਿਯੁਕਤੀ ਹੋਈ ਆ, ਮੈਂ YFC ਵੱਲੋਂ, YFC ਦੇ ਪ੍ਰਧਾਨ ਗੁਰਮੰਗਲ ਸੋਨੀ ਜੀ ਵੱਲੋਂ ਅਤੇ ਡੇਰਾ ਬਾਬਾ ਭਾਈ ਸਾਧੂ ਜੀ ਵੱਲੋਂ ਸਾਰੇ ਨਗਰ ਵੱਲੋਂ ਉਸ ਪਰਿਵਾਰ ਨੂੰ ਹਾਰਦਿਕ ਵਧਾਈ ਦਿੰਦਾ। ਅਤੇ ਮੈਂ ਇਹ ਦੱਸਣਾ ਚਾਹੁੰਦਾ ਕਿ ਰੁੜਕਾ ਕਲਾਂ ਦੇ ਕੇਹਰ ਸਿੰਘ, ਜੋ ਕਿ ਕਬੱਡੀ ਦੇ ਕਾਫੀ ਮਸ਼ਹੂਰ ਖਿਡਾਰੀ ਰਹੇ ਆ, ਉਹਨਾਂ ਦਾ ਪੋਤਰਾ ਜੋ ਕਿ ਸੰਦੀਪ ਸੰਧੂ ਅੱਜ ਜੱਜ ਚੁਣਿਆ ਗਿਆ ਉੱਥੇ ਕੈਲੀਫੋਰਨੀਆ ਦਾ, ਅਤੇ ਸਾਡੀ ਸਾਰੀ ਬੇ ਏਰੀਆ ਦੀ ਟੀਮ, ਸੁਰਜੀਤ ਸਿੰਘ ਸੰਧੂ ਜੀ, ਸੁਰਜੀਤ ਸੰਧੂ ਜਿੰਨੀ ਵੀ ਟੀਮ, ਉਹਨਾਂ ਦੇ ਪਰਿਵਾਰ ਨਾਲ ਇਹ ਜਿਹੜੀ ਖੁਸ਼ੀ ਸਾਂਝੀ ਕਰਨ ਗਿਆ ਸੀ। ਮੈਂ ਬੇ ਏਰੀਆ ਵੱਲੋਂ ਵੀ ਦੁਬਾਰਾ ਫਿਰ YFC ਵੱਲੋਂ, ਡੇਰਾ ਬਾਬਾ ਭਾਈ ਸਾਧੂ ਜੀ ਵੱਲੋਂ ਉਹਨਾਂ ਦੇ ਪਰਿਵਾਰ ਨੂੰ ਜਿੱਥੇ ਵਧਾਈ ਦਿੰਦਾ। ਅਤੇ ਮੈਂ ਆਸ ਰੱਖਦਾ ਕਿ ਸੰਦੀਪ ਸੰਧੂ, ਅਸੀਂ ਅਰਦਾਸ ਕਰਦੇ ਹਾਂ ਕਿ ਸੰਦੀਪ ਸੰਧੂ ਇਸੇ ਤਰ੍ਹਾਂ ਹੋਰ ਬੁਲੰਦੀਆਂ ਨੂੰ ਛੂੰਦਾ ਰਹੇ ਅਤੇ ਇਸੇ ਤਰ੍ਹਾਂ ਜਿਹੜਾ ਰੁੜਕਾ ਕਲਾਂ ਦਾ ਨਾਮ ਆ ਜਿਹੜਾ ਅੱਗੇ ਤੋਂ ਹੋਰ ਵੀ ਰੋਸ਼ਨ। ਜਲੰਧਰ ਤੋਂ ਪਨੀਤ ਅਰੋੜਾ ਦੀ ਰਿਪੋਰਟ, ਪੰਜਾਬ ਨਿਊਜ਼।